ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਜਿੱਥੇ ਸਰਕਾਰ ਦੇ ਵੱਲੋਂ ਇੱਕਜੁੱਟਤਾ ਦੇ ਦਾਅਵੇ ਕੀਤੇ ਜਾ ਰਹੇ ਨੇ, ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇੱਕਜੁੱਟਤਾ ਦੇ ਸੰਦੇਸ਼ ਦਿੱਤੇ ਜਾ ਰਹੇ ਨੇ, ਅਤੇ ਨਾਲ ਦੀ ਨਾਲ ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਜਮਾਤਾਂ ਨੇ ਉਹ ਵੀ ਕਹਿ ਰਹੀਆਂ ਨੇ ਕਿ ਇਹਨਾਂ ਸਮਾਗਮਾਂ ਨੂੰ ਇੱਕਜੁੱਟ ਹੋ ਕੇ ਮਨਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਵਾਲ ਇੱਥੇ ਇਹ ਬਣਦਾ ਜਾ ਰਿਹਾ ਕਿ ਆਖਿਰ ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਸਨ, ਜੋ ਸਿੱਖਿਆਵਾਂ ਪੂਰੇ ਜਗਤ ਨੂੰ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਸਨ, ਉਹ ਵੀ ਇੱਕਜੁੱਟ ਦੀਆਂ ਜਿਹੜੀਆਂ ਸਿੱਖਿਆਵਾਂ ਸਨ, ਪਰ ਉਸ ਤੋਂ ਬਾਅਦ ਅੱਜ ਇੱਕਜੁੱਟਤਾ ਦੇ ਸੰਦੇਸ਼ ਦੇਣ ਦੀ ਕਿਉਂ ਲੋੜ ਪਈ, ਸਿਆਸਤ ਕਿਉਂ ਹੋ ਰਹੀ ਹੈ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਦਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਹੈ? ਮਨਦੀਪ ਸਿੰਘ। ਤੁਹਾਡਾ ਕੀ ਨਾਮ? ਰਣਦੀਪ ਸਿੰਘ। ਅੱਛਾ ਰਣਦੀਪ, ਜੇਕਰ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਹੋ ਰਹੇ ਸਮਾਗਮਾਂ ਦੀਆਂ ਤਿਆਰੀਆਂ ਦੀ ਗੱਲ ਕਰੀਏ, ਜਿੰਨੇ ਵੀ ਸਮਾਗਮ ਹੋ ਰਹੇ ਨੇ ਜਾਂ ਸਮਾਗਮਾਂ ਦੇ ਲਈ ਤਿਆਰੀਆਂ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਆਸਤ ਵੀ ਦੇਖੀ ਜਾ ਰਹੀ ਹੈ ਇਹਨਾਂ ਮਾਮਲਿਆਂ ਦੇ ਉੱਤੇ, ਪ੍ਰਕਾਸ਼ ਪੁਰਬ ਦੇ ਜਿੰਨੇ ਵੀ ਸਮਾਗਮ ਹੋ ਰਹੇ ਨੇ, ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਦੇ ਉੱਤੇ ਸਿਆਸਤ ਕਿਉਂ ਭਾਰੂ ਲੱਗ ਰਹੀ ਹੈ? ਇਹ ਵੋਟਾਂ ਕਾਰਨ ਹੀ ਲੱਗ ਰਹੀ ਹੈ ਜੀ, ਕੋਈ ਕੋਈ ਇਹ ਤਾਂ ਨਹੀਂ ਇੱਕਜੁੱਟ ਹੋ ਕੇ ਸਾਰੇ ਕਰ ਲੈਂਦੇ ਆ, ਕੋਈ ਵੱਡੀ ਗੱਲ ਨਹੀਂ, ਇਹ ਸਭ ਆਪਦੀਆਂ ਵੋਟਾਂ ਦਾ ਮਤਲਬ ਹੁੰਦਾ ਜੀ, ਆਪਦਾ ਮਤਲਬ ਕੱਢ ਲੈਂਦੇ ਆ ਬਾਅਦ 'ਚ ਸਾਰੇ, ਜਿਵੇਂ ਕੋਈ ਹੈਗਾ ਹੈਗਾ ਨਾ, ਕੋਈ ਮੰਤਰੀ ਦੀਦਾ ਨਾ ਕੋਈ ਦੀਦਾ, ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਸਾਰੇ ਹੀ ਇਹ ਗੱਲਾਂ ਕਰਨ ਆਉਂਦੇ। ਕਿਹੜੇ ਹਲਕੇ ਤੋਂ ਤੁਸੀਂ? ਫਿਰੋਜ਼ਪੁਰ ਤੋਂ ਜੀ। ਅੱਛਾ, ਫਿਰੋਜ਼ਪੁਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਉੱਥੇ ਵੀ ਇਸੇ ਤਰ੍ਹਾਂ ਹੀ ਤਿਆਰੀਆਂ ਜਿਹੜੀਆਂ ਆਰੰਭੀਆਂ ਹੋਈਆਂ ਨੇ ਪ੍ਰਕਾਸ਼ ਪੁਰਬ ਦੇ ਲਈ, ਜਾਂ ਫਿਰ ਅਜੇ ਵੀ ਢਿੱਲ ਮੱਠ ਕੀਤੀ ਜਾ ਰਹੀ ਹੈ? ਬਸ ਜੀ, ਸਾਲ ਵੱਲੋਂ ਨੇੜੇ ਆ ਕੇ ਕਰਦੇ ਆ ਜੀ ਸਾਰਾ ਕੁਛ, ਕੋਈ ਤਿਆਰੀਆਂ ਹੈ ਵੀ ਆ ਪਰ ਕੋਈ ਉਹ ਗੱਲ ਨਹੀਂ ਹੈਗੀ ਜੀ। ਅੱਛਾ, ਇੱਕ ਮੰਚ ਦੀ ਗੱਲ ਕੀਤੀ ਜਾ ਰਹੀ ਹੈ, ਸਾਂਝੇ ਸੰਦੇਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ, ਸਾਂਝੇ ਸਮਾਗਮਾਂ ਦੀ ਗੱਲ ਕੀਤੀ ਜਾ ਰਹੀ ਹੈ, ਪਰ ਇਹ ਜਿਹੜੀਆਂ ਵੰਡੀਆਂ ਆਖਰ ਇਹ ਲੋੜ ਕਿਉਂ ਪਈ? ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਸਾਂਝਾ ਸ਼ਬਦ ਵਰਤਿਆ ਜਾ ਰਿਹਾ, ਇੱਕ ਮੰਚ ਵਰਤਿਆ ਜਾ ਰਿਹਾ ਹੈ। ਸਿੱਖ ਧਰਮ ਪਹਿਲਾਂ ਵੀ ਕੋਈ ਅਲੱਗ ਨਹੀਂ ਸੀ, ਸਮਾਗਮ ਪਹਿਲਾਂ ਵੀ ਕੋਈ ਅਲੱਗ ਨਹੀਂ ਸੀ ਹੁੰਦੇ, ਪਰ ਅੱਜ ਕਿਉਂ ਲੋੜ ਪਈ ਇਸ ਤਰ੍ਹਾਂ ਦੇ ਸੰਦੇਸ਼ ਦੇਣ ਦੀ ਕਿ ਇੱਕ ਮੰਚ ਦੇ ਉੱਤੇ? ਕੀ ਤੁਹਾਨੂੰ ਲੱਗਦਾ ਸਿਰਫ ਸਿਆਸਤ ਕੀਤੀ ਜਾ ਰਹੀ ਹੈ ਵੋਟਾਂ ਇਕੱਠੀਆਂ ਕਰਨ ਦੇ? ਇਹ ਸਿਆਸਤ ਨੇ ਸਾਰਾ ਕੁਛ ਕੀਤਾ ਜੀ, ਸਿਆਸਤ ਜੀ ਸਾਰਾ ਕੁਛ ਸਿਆਸਤ ਹੀ ਚੱਲਦਾ ਹੈ। ਜੋ ਧਰਮ ਦੇ ਵਿੱਚ ਵੰਡੀਆਂ ਕੌਣ ਪਾ ਰਿਹਾ ਧਰਮ ਦੇ ਵਿੱਚ? ਫਿਰ ਸਿਆਸਤਦਾਨ ਜੀ ਜਿਹੜੇ ਬੈਠੇ ਉਹ ਹੀ ਕਰਦੇ। ਅੱਛਾ, ਸਿੱਖ ਧਰਮ ਦੀ ਸਰਮੌਰ ਜਥੇਬੰਦੀ ਹੈ ਜਿਹੜੀ, ਉਹ ਵੀ ਕਹਿ ਰਹੀ ਹੈ ਕਿ ਇੱਕ ਮੰਚ ਦੇ ਉੱਤੇ ਸਾਰੇ ਸਮਾਗਮ ਮਨਾਉਣੇ ਚਾਹੀਦੇ ਨੇ, ਫਿਰ ਅੱਜ ਜਿਹੜੀ ਹੈ ਸਿਰਮੌਰ ਜਥੇਬੰਦੀ ਸਿੱਖ ਧਰਮ ਦੀ, ਉਹਨੂੰ ਇਹ ਕਹਿਣ ਦੀ ਕੀ ਲੋੜ ਪਈ? ਕਿਉਂਕਿ ਵੱਖ ਵੱਖ ਜਥੇਬੰਦੀਆਂ ਨੂੰ ਚਿੱਠੀਆਂ ਪੱਤਰਾਂ ਦੇ ਜ਼ਰੀਏ ਜਿਹੜਾ ਇਹ ਸੱਦਾ ਪੱਤਰ ਵੀ ਦਿੱਤਾ ਜਾ ਰਿਹਾ, ਠੀਕ ਹੈ ਇੱਕ ਮੰਚ ਦੇ ਉੱਤੇ ਹੋਣੇ ਚਾਹੀਦੇ ਨੇ, ਪਰ ਸਿਆਸਤ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਧਰਮ ਦੇ ਵਿੱਚ ਕਿਤੇ ਨਾ ਕਿਤੇ ਨਿਘਾਰ ਵੀ ਦੇਖਣ ਨੂੰ ਮਿਲ ਸਕਦਾ? ਇਹ ਤਾਂ ਜੀ ਜਿਵੇਂ ਕਹਿ ਦਿੰਦੇ ਆ, ਪਰ ਉਹਨਾਂ ਦੇ ਕਹਿਣ ਦਾ ਮਤਲਬ ਆ, ਇਹ ਤਾਂ ਜਿਹਨੇ ਕਰਨਾ ਆਪਦੇ ਦਿਲ ਤੋਂ ਹੀ ਕਰਨਾ ਹੈ, ਜਿਹਨੇ ਜੋ ਵੀ ਸਾਰੇ ਰਲ ਕੇ ਕਰਨਾ ਅਗਲੇ ਨੇ ਆਪਦੇ ਦਿਲ ਤੋਂ ਕਰਨਾ, ਇਹ ਸਿਆਸਤ ਵਾਲੇ ਹੈਗੇ ਆ ਕਹਿ ਦਿੰਦੇ, ਪਰ ਇਹਨਾਂ ਦਾ ਵੋਟਾਂ ਦਾ ਕਾਰਨ ਹੁੰਦਾ ਸਾਰਾ ਜੋ ਵੀ ਹੁੰਦਾ। ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਵੋਟਾਂ ਦੀ ਗੱਲ ਕੀਤੀ ਹੈ, ਪਰ ਜੇਕਰ ਸਮਾਗਮਾਂ ਦੀ ਗੱਲ ਕੀਤੀ ਜਾਵੇ, ਤੁਹਾਨੂੰ ਲੱਗਦਾ ਕਿ ਇੱਕ ਮੰਚ ਦੇ ਉੱਤੇ ਸਮਾਗਮ ਤਾਂ ਹੋਣੇ ਚਾਹੀਦੇ ਨੇ, ਸਮਾਗਮ ਪਹਿਲਾਂ ਵੀ ਇੱਕ ਮੰਚ ਦੇ ਉੱਤੇ ਹੀ ਹੋਣੇ ਚਾਹੀਦੇ ਨੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਮੁੱਚੇ ਜਗਤ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ, ਪਰ ਅੱਜ ਧਰਮ ਦੇ ਉੱਤੇ ਵੰਡੀਆਂ ਪਾਈਆਂ ਜਾ ਰਹੀਆਂ ਨੇ, ਸਮਾਗਮਾਂ ਦੇ ਉੱਤੇ ਸਿਆਸਤ ਹੋ ਰਹੀ ਹੈ, ਕੋਈ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਅਸੀਂ ਸੱਦਾ ਦਿੱਤਾ ਹੈ, ਕੋਈ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਅਸੀਂ ਸੱਦਾ ਦਿੱਤਾ ਹੈ, ਕੋਈ ਕਹਿ ਰਿਹਾ ਕਿ ਸਮਾਗਮ ਇਸ ਤਰ੍ਹਾਂ ਹੋਣਗੇ, ਕੋਈ ਕਹਿ ਰਿਹਾ ਕਿ ਵੱਖੋ ਵੱਖਰੇ ਹੋਣਗੇ, ਆਖਿਰ ਇਹਨਾਂ ਸਮਾਗਮਾਂ ਦੇ ਉੱਤੇ ਸਿਆਸਤ ਕਿਉਂ? ਸਿਆਸਤ ਨਹੀਂ ਜੀ, ਪਹਿਲੀ ਵਾਰ ਹੋਇਆ ਕਿ ਬਈ ਅਕਾਲੀ ਦਲ ਜਿਹੜਾ ਆਪਣਾ ਇੱਕ ਸਿੱਖ ਪਾਰਟੀ ਹੈ ਇਹ ਓਪੋਜੀਸ਼ਨ 'ਚ ਬੈਠੀ ਹੈ, ਅਤੇ ਸਮਾਗਮ ਐਤਕੀ ਆਈ ਜ਼ਿੰਮੇਵਾਰੀ ਕਾਂਗਰਸ ਦੀ ਹੈ, ਸੋ ਇਹਨਾਂ ਨੂੰ ਐਤਕੀ ਆਏ ਹਾਂ ਕਿ ਬਈ ਆਪਦੀ ਵਜੂਦ ਦੀ ਲੜਾਈ ਹੈ, ਕਹਿੰਦੇ ਵੀ ਆਪਾਂ ਸਾਂਝੇ ਹੋ ਜਾਈਏ, ਜਿੱਥੋਂ ਕਿ ਇਹਨਾਂ ਨੂੰ ਪਤਾ ਕਿ ਵੀ ਸਾਨੂੰ ਓਫੀਸ਼ੀਅਲੀ ਅਸੀਂ ਇਨਵਾਈਟਡ ਨਹੀਂ ਹੋਏ ਗਏ, ਓਫੀਸ਼ੀਅਲ ਇਨਵੀਟੇਸ਼ਨ ਲੈਣ ਦੇ ਬਾਰੇ ਇਹ ਸਾਂਝਾ ਵਰਡ ਯੂਜ਼ ਕਰ ਰਹੇ ਆ, ਬਾਕੀ ਸਿੱਖ ਧਰਮ ਤਾਂ ਹੈ ਹੀ ਸਾਂਝਾ ਧਰਮ ਹੈ ਜੀ, ਹਰੇਕ ਇਨਵਾਈਟਡ ਰਹਿੰਦਾ ਇਹਦੇ 'ਚ, ਇਹਦੇ 'ਚ ਤਾਂ ਕੋਈ ਹੈ ਨਹੀਂ ਗੀ। ਪਰ ਇਹ ਕਹਿਣ ਦੀ ਕਿਉਂ ਲੋੜ ਪੈ ਰਹੀ ਹੈ ਅੱਜ ਕਿਉਂਕਿ 550 ਸਾਲ ਹੋ ਚੁੱਕੇ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀਆਂ ਜਿਹੜੇ ਹੈ ਉਸ ਸਿਆਸਤਦਾਨ ਵਰਤੋਂ ਕਰ ਰਹੇ ਨੇ, ਤੁਹਾਨੂੰ ਕੀ ਲੱਗ ਰਿਹਾ ਕਿ ਜਿਹੜੀਆਂ ਧਰਮ ਦੇ ਵਿੱਚ ਵੰਡੀਆਂ ਪਾਉਣ ਦੇ ਲਈ ਸਿਆਸਤ ਕਿਉਂ ਕੀਤੀ ਜਾ ਰਹੀ ਹੈ? ਸਾਂਝੇ ਸਮਾਗਮ ਤਾਂ ਪਹਿਲਾਂ ਵੀ ਹੁੰਦੇ ਰਹਿੰਦੇ ਨੇ, ਸਾਂਝੇ ਸਮਾਗਮ ਅੱਗੇ ਵੀ ਆ, ਹੁਣ ਵੀ ਸਾਂਝੇ ਹੀ ਹੋਣਾ ਜੀ ਇਹਦਾ ਸਮਾਗਮ ਤਾਂ, ਦੇਖੋ ਐਂਡ 'ਤੇ ਬਾਕੀ ਇਹਨਾਂ ਨੂੰ ਅਕਾਲੀ ਦਲ ਵਾਲਿਆਂ ਨੂੰ ਆਏ ਆ ਕਿ ਵੀ ਸਾਡੀ ਛਾਪ ਹੀ ਰਹੇ ਕਿ ਵੀ ਅਸੀਂ ਸਿੱਖ ਧਰਮ ਸਾਡੇ ਤੋਂ ਚੱਲਦਾ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਦੀ ਜਿਹੜੀ ਹੈ ਕਿਸੇ ਨਾ ਕਿਤੇ ਸਾਜਿਸ਼ ਹੈ? ਸਾਜਿਸ਼ ਕਹਿ ਲਓ ਜਾਂ ਜੀ, ਇਹਨਾਂ ਦੀ ਆਪਦੀ ਵਜੂਦ ਦੀ ਲੜਾਈ ਹੈ ਇਹ, ਸ਼੍ਰੋਮਣੀ ਕਮੇਟੀ ਦਾ ਹੁਣ ਤੁਹਾਨੂੰ ਪਤਾ ਸਾਰਿਆਂ ਦੇ ਵਿੱਚ ਹੁਣ ਧੁੰਦਲਾ ਹੋਇਆ ਪਿਆ, ਬਹੁਤ ਹੋਰ ਜਥੇਬੰਦੀਆਂ ਸਿੱਖਾਂ ਦੀਆਂ ਬਣ ਰਹੀਆਂ, ਹੁਣ ਇਹਨਾਂ ਨੂੰ ਆਇਆ ਕਿ ਵੀ ਆਪਾਂ ਫਿਰ ਇੱਕ ਤਾਂ ਸਾਰੇ ਸਿੱਖ ਸ਼੍ਰੋਮਣੀ ਕਮੇਟੀ ਦੇ ਵੱਲ ਨੂੰ ਆਉਣ, ਉਹਦੇ ਕਰਕੇ ਜ਼ਿਆਦਾ ਵਾਲਾ ਸਾਂਝਾ ਸਾਂਝਾ ਵਰਡ ਯੂਜ਼ ਕਰ ਰਹੇ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਪ੍ਰਦੀਪ ਸਿੰਘ।
ਅੱਛਾ ਪ੍ਰਦੀਪ ਸਿੰਘ, ਜੇਕਰ 550ਵੇਂ ਗੁਰੂ ਨਾਨਕ ਦੇਵ ਜੀ ਦੇ ਸਾਂਝੇ ਸਮਾਗਮਾਂ ਦੀ ਗੱਲ ਕੀਤੀ ਜਾਵੇ, 550ਵੇਂ ਪ੍ਰਕਾਸ਼ ਦਿਹਾੜੇ ਦੀ ਗੱਲ ਕੀਤੀ ਜਾਵੇ, ਤਾਂ ਜਿੱਥੇ ਪੂਰੇ ਸਿੱਖ ਜਗਤ ਦੇ ਵਿੱਚ ਨਾਲ ਦੀ ਨਾਲ ਜਿੰਨੀ ਵੀ ਕਾਇਨਾਤ ਦੇ ਲੋਕ ਨੇ, ਜਗਤ ਦੇ ਲੋਕ ਨੇ, ਉਹ ਵੀ ਸਾਂਝੇ ਸਮਾਗਮਾਂ ਦੀ ਗੱਲ ਕਰ ਰਹੇ ਨੇ, ਉਤਸ਼ਾਹਿਤ ਨੇ ਕਾਫੀ ਜਿਹੜਾ ਇਹ ਧਾਰਮਿਕ ਸਮਾਗਮ ਮਨਾਉਣ ਦੇ ਲਈ। ਪਰ ਇੱਥੇ ਸਵਾਲ ਇਹ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ, ਸਾਰਿਆਂ ਨੂੰ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ ਹੈ, ਪਰ ਅੱਜ ਧਰਮ ਦੇ ਉੱਤੇ ਵੰਡੀਆਂ ਕਿਉਂ ਪਾਈਆਂ ਜਾ ਰਹੀਆਂ ਨੇ, ਸਾਂਝੇ ਸਮਾਗਮਾਂ ਦੇ ਉੱਤੇ ਸਿਆਸਤ ਕਿਉਂ ਹੋ ਰਹੀ ਹੈ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਗੁਰੂ ਨਾਨਕ ਦੇਵ ਜੀ ਹੈ, ਉਹਨਾਂ ਨੇ ਸਾਰੇ ਹੀ ਧਰਮਾਂ ਨੂੰ ਇਕੱਠੇ ਕੀਤਾ ਹੈ ਜੀ, ਅਤੇ ਆਪਾਂ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਬਹੁਤ, ਅਤੇ ਜਿਹੜੀ ਹੋਰ ਵੀ ਹਿੰਦੂ ਮਤ ਹੈ ਚਾਹੇ ਕੋਈ ਵੀ ਹੈ, ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਾਂ। ਅਤੇ ਰਹੀ ਗੱਲ ਸਿਆਸਤ ਦੀ, ਇਹ ਹੋ ਸਕਦਾ ਵੀ ਅਕਾਲੀ ਪਾਰਟੀ ਹੈ ਜਿਹੜੀ, ਵੀ ਹਾਂ ਉਹਨਾਂ ਦੇ ਇਸ਼ਾਰਿਆਂ 'ਤੇ ਹੀ ਜਿਹੜੀ ਸ਼੍ਰੋਮਣੀ ਕਮੇਟੀ ਉਹ ਚੱਲਦੀ ਹੈ, ਇਸ ਕਰਕੇ ਹੋ ਸਕਦਾ ਵੀ ਉਹੀ ਮਤਲਬ ਕਿ ਇਹਨੂੰ ਆਪਣਾ ਅੱਗੇ ਵਾਸਤੇ, ਵੋਟਾਂ ਵਾਸਤੇ ਕਹਿ ਲਓ ਜਾਂ ਜਿਵੇਂ ਮਰਜ਼ੀ ਵੀ ਆਪਣਾ ਕਰ ਸਕਦੇ ਹਾਂ। ਅੱਛਾ, ਦੂਜੀ ਗੱਲ ਇਹ ਹੈ ਕਿ ਜਦੋਂ ਵੀ ਸਮਾਗਮ ਹੁੰਦੇ ਨੇ ਤਾਂ ਸਾਰੀਆਂ ਸਿਆਸੀ ਧਿਰਾਂ ਆਪਣੀ ਆਪਣੀ ਸਟੇਜ ਦੇ ਉੱਤੇ, ਆਪਣੇ ਆਪਣੇ ਜਿਹੜੇ ਉਹਨਾਂ ਦੇ ਲੀਡਰ ਹੁੰਦੇ ਨੇ ਉਹ ਸਟੇਜਾਂ ਦੇ ਉੱਤੇ ਬੈਠ ਜਾਂਦੇ ਨੇ, ਪਰ ਸਵਾਲ ਇਹ ਹੈ ਕਿ ਜਦੋਂ ਸਮਾਗਮ ਹੁੰਦੇ ਨੇ ਤਾਂ ਸਟੇਜਾਂ ਦਾ ਕੀ ਮਤਲਬ ਹੈ? ਦੂਜੀ ਗੱਲ ਇਹ ਹੈ ਕਿ ਜਦੋਂ ਇਹਨਾਂ ਸਮਾਗਮਾਂ ਦੇ ਵਿੱਚ ਸਿਆਸੀ ਗੱਲਾਂ ਦੀ ਬਜਾਏ ਧਾਰਮਿਕ ਗੱਲਾਂ ਹੋਣੀਆਂ ਚਾਹੀਦੀਆਂ ਨੇ, ਧਾਰਮਿਕ ਸੰਦੇਸ਼ ਹੋਣੇ ਚਾਹੀਦੇ ਨੇ, ਤਾਂ ਉਹਨਾਂ ਸਿਆਸੀ ਸਟੇਜਾਂ ਦੇ ਉੱਤੇ ਧਾਰਮਿਕ ਜਿਹੜੀ ਹੈ ਉਹ ਸੰਦੇਸ਼ ਕਿਤੇ ਨਹੀਂ ਦਿਖਾਈ ਦਿੰਦੇ, ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ, ਦੂਸ਼ਣਬਾਜ਼ੀ ਦਿਖਦੀਆਂ ਨੇ? ਕੀ ਲੱਗਦਾ ਕਿ ਇਹਨਾਂ ਸਮਾਗਮਾਂ ਦੇ ਵਿੱਚ ਇਹ ਜਿਹੜੇ ਸਿਆਸੀ ਆਗੂ ਨੇ ਉਹ ਉਸੇ ਤਰ੍ਹਾਂ ਦੀ ਰੰਗ ਦਿਖਾਉਣਗੇ, ਜਾਂ ਫਿਰ ਇੱਕ ਵਾਰ ਅਲੱਗ ਤਰ੍ਹਾਂ ਦਾ ਜਿਹੜਾ ਇਹ ਸਮਾਗਮ ਦੇਖਣ ਨੂੰ ਮਿਲੇਗਾ? ਇਹ ਤਾਂ ਜੀ ਦੇਖੋ, ਗੱਲ ਇੱਕ ਹੈ ਵੀ ਜਿਹੜੇ ਸਿਆਸੀ ਬੰਦੇ ਆ ਉਹ ਤਾਂ ਜੀ ਆਪਣੀ ਰੋਟੀਆਂ ਸੇਕਦੇ ਆ, ਉਹਨਾਂ ਨੂੰ ਪਤਾ ਹੈ ਵੀ ਹੁਣ ਇਕੱਠ ਹੋਇਆ ਵੈ ਅਤੇ ਉਹ ਆਪਣੀ ਰੋਟੀਆਂ ਸੇਕਦੇ ਆ। ਸਭ ਤੋਂ ਵੱਡੀ ਮਦਭਾਗੀ ਗੱਲ ਹੈ ਇਹ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪਣੀ ਰੋਟੀਆਂ ਸੇਕਦੇ ਨੇ, ਬਹੁਤ ਗਲਤ ਮਾੜੀ ਗੱਲ ਹੈ। ਇਸ ਕਰਕੇ ਇਸ ਜਿਹੜਾ 550ਵਾਂ ਪ੍ਰਕਾਸ਼ ਦਿਹਾੜਾ, ਇਸ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਉਣਾ ਚਾਹੀਦਾ, ਅਤੇ ਇਹ 'ਚ ਕਿਸੇ ਦੀ ਵੀ ਕੋਈ ਸਿਆਸੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਵੱਧ ਤੋਂ ਵੱਧ ਜਿੰਨਾ ਹੋ ਸਕੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਹ 'ਚ ਸਹਿਯੋਗ ਦੇਣ ਦੀ। ਬਹੁਤ ਬਹੁਤ ਧੰਨਵਾਦ। ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਤੇ ਨਾ ਕਿਤੇ ਸਾਂਝੇ ਸਮਾਗਮਾਂ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਨੇ, ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਸਮਾਗਮਾਂ ਦੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ ਉਹ ਵੀ ਕਿਤੇ ਨਾ ਕਿਤੇ ਰੋਕਣੀ ਚਾਹੀਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ, ਪੂਰੇ ਸਿੱਖ ਜਗਤ ਹੀ ਨਹੀਂ ਬਾਕੀ ਪੂਰੀ ਜਿੰਨੀ ਵੀ ਕਾਇਨਾਤ ਦੇ ਲੋਕ ਨੇ ਉਹਨਾਂ ਨੂੰ ਵੀ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ, ਤਾਂ ਕਿਤੇ ਨਾ ਕਿਤੇ ਸਿਆਸਤ ਨੂੰ ਰੋਕ ਕੇ ਜਿਹੜੀ ਹੈ ਇੱਕਜੁੱਟਤਾ ਦਾ ਸੰਦੇਸ਼ ਦੇਣਾ ਚਾਹੀਦਾ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਅਤੇ ਸਾਂਝੀ ਵਾਲਤਾ ਦਾ ਸੰਦੇਸ਼ ਵੀ ਜਿੱਥੇ SGPC ਦੇ ਵੱਲੋਂ ਦਿੱਤਾ ਜਾ ਰਿਹਾ, ਉੱਥੇ ਹੀ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਸਾਂਝੇ ਸਮਾਗਮ ਕੀਤੇ ਜਾਣਗੇ। ਪਰ ਇਹਨਾਂ ਸਾਂਝੇ ਸਮਾਗਮਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਕੀ ਹੋ ਰਹੀ ਹੈ? ਹਰ ਇੱਕ ਸਿਆਸੀ ਜਮਾਤ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਿਆਸੀ ਹੱਥਕੰਡੇ ਦੇ ਵਜੋਂ ਵਰਤਣ ਦੀ ਕੋਸ਼ਿਸ਼ ਦੇ ਵਿੱਚ ਕਿਉਂ ਹੈ? ਸਵਾਲ ਇਹ ਵੀ ਨੇ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਗਿਆ ਸੀ, ਇੱਕਜੁੱਟਤਾ ਦਾ ਸੰਦੇਸ਼ ਦਿੱਤਾ ਗਿਆ ਸੀ, ਅਤੇ ਇਸ ਦੇ ਬਾਵਜੂਦ ਅੱਜ ਲੋੜ ਕਿਉਂ ਪਈ ਇਹ ਦੱਸਣ ਦੀ ਕਿ ਸਾਂਝੇ ਸਟੇਜ ਹੋਣਗੇ, ਸਾਂਝੇ ਸਮਾਗਮ ਹੋਣਗੇ? ਹਾਲਾਂਕਿ ਸਿੱਖ ਧਰਮ ਦੇ ਵਿੱਚ ਕਿਸੇ ਪ੍ਰਕਾਰ ਦੀਆਂ ਕੋਈ ਵੰਡੀਆਂ ਨਹੀਂ, ਅਤੇ ਜੇਕਰ ਸਾਂਝੇ ਸਮਾਗਮਾਂ ਦੇ ਤਹਿਤ ਇਹ ਦੱਸਣਾ ਚਾਹੁੰਦੇ ਨੇ ਕਿ ਵੰਡੀਆਂ ਨੇ, ਤਾਂ ਆਖਰ ਇਹ ਵੰਡੀਆਂ ਕਿਸ ਨੇ ਪਾਈਆਂ, ਸਿਆਸਤ ਕਿਉਂ ਗਰਮਾ ਰਹੀ ਹੈ? ਕੁਝ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਸਿਆਸਤ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਕਿਉਂ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਗੁਰਪ੍ਰੀਤ ਹੈ ਜੀ। ਅੱਛਾ ਗੁਰਪ੍ਰੀਤ, 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਅਤੇ ਇਸ ਨੂੰ ਲੈ ਕੇ ਜਿੱਥੇ ਉਤਸ਼ਾਹ ਦੇਖਿਆ ਜਾ ਰਿਹਾ, ਉੱਥੇ ਸਿਆਸਤ ਵੀ ਦੇਖੀ ਜਾ ਰਹੀ ਹੈ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ ਹੈ ਕਿ ਉਤਸ਼ਾਹ ਕਿੰਨਾ ਹੈ ਇਸ ਸਮਾਗਮਾਂ ਦੇ ਲਈ? ਦੇਖੋ, ਬਾਬਾ ਨਾਨਕ ਦਾ ਗੁਰਪੁਰਬ ਵੀ ਆਵੇ ਨਾ, ਲੋਕਾਂ ਦੇ ਵਿੱਚ ਉਤਸ਼ਾਹ ਭਰਿਆ ਹੁੰਦਾ। ਸਾਡੇ ਸਿੱਖ ਗੁਰੂਆਂ ਦੇ ਜਿੰਨੇ ਵੀ ਮਤਲਬ ਕਿ 10ਵੀਂ ਵੀ ਹੋਵੇ ਨਾ, 10ਵੀਂ ਭਰਦੀ ਹੈ ਸਾਡੇ ਤਾਂ ਪਿੰਡਾਂ 'ਚ, ਪੰਜਾਬ ਦੀਆਂ 'ਚ, ਮਤਲਬ ਸਿੱਖੀ ਨੂੰ ਲੈ ਕੇ ਉਤਸ਼ਾਹ ਬਹੁਤ ਹੈ ਸਾਡੇ ਲੋਕਾਂ ਦੇ ਵਿੱਚ। ਪਰ ਜਿਹੜੀ ਸਿਆਸਤ ਦੀ ਗੱਲ ਕਰਦੇ ਆਪਾਂ, ਜਿਵੇਂ ਹੁਣ ਪਾਰਲੀਮੈਂਟ 'ਚ ਭਗਵੰਤ ਮਾਨ ਨੇ ਬੋਲਿਆ ਵੀ ਮੈਂ 100 ਕਰੋੜ ਦਾ ਐਲਾਨ ਕਰਵਾ ਲੈਂਦਾ, ਅਤੇ ਇਹਦੇ ਪਿੱਛੇ ਹੁਣ ਸਿਆਸਤ ਕਿਵੇਂ ਅਤੇ ਕਿਵੇਂ ਇਹ ਦੋਗਲੇ ਨੇ, ਆਪਾਂ ਉਹ 'ਤੇ ਗੱਲ ਕਰੀਏ। ਜੇ SCPC ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ, ਤੁਸੀਂ ਬੋਲਿਆ ਹੈ ਨਾ, ਅਤੇ ਗੁਰਦੁਆਰਿਆਂ 'ਚੋਂ ਸਾਂਝੀ ਵਾਲਤਾ ਦਾ ਸੰਦੇਸ਼ ਆਉਂਦਾ ਗਾ, ਅਤੇ ਬਾਬਾ ਨਾਨਕ ਜੀ ਵੀ ਸਾਂਝੀ ਵਾਲਤਾ ਦਾ ਸੰਦੇਸ਼ ਲੈ ਕੇ ਚੱਲਦੇ ਸੀ, ਵੰਡ ਛੁੱਕ ਦੀ ਗੱਲ ਕਰਦੇ ਸੀ। ਅਤੇ ਅੱਜ ਸਾਡੇ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਗਾ, ਦਲਿਤਾਂ ਦੇ ਉੱਤੇ ਅੱਤਿਆਚਾਰ ਹੋ ਰਿਹਾ,
ਬਹੁਤ ਜ਼ਿਆਦਾ ਗੁਰਦੁਆਰਿਆਂ ਦੇ ਵਿੱਚੋਂ ਬਾਈਕਾਟ ਦੀਆਂ ਆਵਾਜ਼ਾਂ ਆ ਰਹੀਆਂ ਨੇ, ਮਤਲਬ ਉਦੋਂ ਸਾਂਝੀਵਾਲਤਾ ਦਾ ਸੰਦੇਸ਼ ਕਿੱਥੇ ਜਾਂਦਾ? ਸਾਨੂੰ ਗੁਰੂ ਨਾਨਕ ਦੀ ਬਾਣੀ ਅਤੇ ਗੁਰੂ ਨਾਨਕ ਦੇ ਵਿਚਾਰਾਂ 'ਤੇ ਅਮਲ ਕਰਨ ਦੀ ਲੋੜ ਹੈ। ਇਹ ਤੁਸੀਂ ਗੱਲ ਕਰੀ ਹੈ ਜੋ ਸਮਾਜਿਕ ਤੌਰ 'ਤੇ ਵਿਚਰਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿਉਂਕਿ ਕੁਝ ਜਥੇਬੰਦੀਆਂ ਕਹਿ ਰਹੀਆਂ ਕਿ ਜਿਹੜੀ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ SGPC ਦੇ ਉੱਤੇ ਕਿਸੇ ਇੱਕ ਧਿਰ ਦਾ ਕਬਜ਼ਾ ਹੈ, ਉਹ ਇੱਕ ਧਿਰ ਉਸ ਜਥੇਬੰਦੀ ਨੂੰ ਚਲਾਉਂਦੀ ਹੈ ਅਤੇ ਇਹਨਾਂ ਸਮਾਗਮਾਂ ਦੇ ਤਹਿਤ ਵੀ ਉਹ ਜਥੇਬੰਦੀ ਜਿਹੜੀ ਹੈ ਉਹ SGPC ਨੂੰ ਚਲਾ ਰਹੀ ਹੈ। SGPC ਉਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ, ਸਿਆਸਤ ਦਾ ਕਹਿਣਾ। ਅਤੇ ਨਾਲ ਦੀ ਨਾਲ ਕਾਂਗਰਸ ਪਾਰਟੀ ਦੇ ਨੁਮਾਇੰਦੇ SGPC ਨੂੰ ਚਿੱਠੀਆਂ ਵੀ ਲਿਖ ਰਹੇ ਨੇ, ਪਰ ਮਾਮਲਾ ਇਹ ਹੈ ਕਿ ਇਹਨਾਂ ਸਮਾਗਮਾਂ ਨੂੰ ਲੈ ਕੇ ਹਰ ਇੱਕ ਧਿਰ ਮੋਹਰੀ ਹੋਣਾ ਚਾਹੁੰਦੀ ਹੈ, ਕਹਿ ਰਹੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਅਸੀਂ ਮੋਹਰੀ ਹਾਂ, ਇਹਨਾਂ ਸਮਾਗਮਾਂ ਦੇ ਵਿੱਚ ਅਸੀਂ ਮੋਹਰੀ ਹਾਂ। ਪਰ ਸਵਾਲ ਇਹ ਹੈ ਕਿ ਸਾਂਝੇ ਸਮਾਗਮ ਇੱਕਜੁੱਟਤਾ ਦੇ ਨਾਲ ਹੋਣੇ ਚਾਹੀਦੇ ਸਨ, ਪਾਰਟੀਬਾਜ਼ੀ ਕਿੱਥੋਂ ਆ ਗਈ? ਹਾਂ, ਇਹ ਤੁਹਾਡੀ ਮੈਨੂੰ ਲੱਗਦਾ ਗੱਲ ਬਹੁਤ ਚੰਗੀ ਹੈ ਵੀ ਸਾਂਝੇ ਜਿਹੜੇ ਪ੍ਰੋਗਰਾਮ ਨੇ ਸਾਂਝੀ ਬਾਲਤਾ ਨਾਲ ਹੋਣੇ ਚਾਹੀਦੇ ਨੇ, ਲੋਕਾਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ 'ਤੇ ਇੱਕ ਮੰਚ 'ਤੇ ਉੱਥੇ ਹੋਣੇ ਚਾਹੀਦੇ ਨੇ। ਪਰ ਲੋਕ ਹੁਣ ਅੱਕੇ ਪਏ ਨੇ SGPC ਤੋਂ ਵੀ, ਹੈ ਨਾ, ਵੀ ਉਹਨਾਂ ਦਾ ਦੋਗਲਾ ਚਰਿੱਤਰ ਦੇਖ ਕੇ ਸਾਡੇ ਕੈਪਟਨ ਸਾਹਿਬ ਨੇ ਹੁਣ ਮਤਲਬ ਕਿ ਜਿਹੜੇ ਲੋਕ ਗੁਰੂ ਨਾਨਕ ਦੇ ਵਿਚਾਰਾਂ 'ਤੇ ਚੱਲਦੇ ਨੇ, ਹੈ ਨਾ, ਉਹਨਾਂ ਦੇ ਉੱਤੇ ਲਾਠੀਚਾਰਜ ਹੋ ਜਾਂਦਾ, ਉਹਨਾਂ ਨੂੰ ਮਤਲਬ ਕਿ ਕੁਛ ਨਾ ਕੁਛ ਦਹਿਸ਼ਤਗਰਦ ਕਹਿ ਕੇ ਜਾਂ ਖਾੜਕੂ ਕਹਿ ਕੇ ਚੱਕਿਆ ਜਾਂਦਾ ਗਾ, ਜਿਵੇਂ ਸਿੱਖ ਫੋਰ ਜਸਟਿਸ ਬੈਨ ਕੀਤੀ ਆ ਹੁਣ, ਉਹ ਕੈਪਟਨ ਨੇ ਕੀਤੀ ਆ, ਅਤੇ ਉਹੀ ਫਿਰ ਸਾਂਝੀ ਵਾਲਤ ਦਾ ਸੰਦੇਸ਼ ਲੈ ਕੇ ਆਉਂਦਾ ਗਾ। ਮਤਲਬ ਦੋਗਲਾ ਚਰਿੱਤਰ ਕਿਉਂ? ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਸਿੱਖ ਵੋਟ ਆ ਜਿਹੜੀ ਉਹ ਬਹੁਤ ਮਾਇਨੇ ਰੱਖਦੀ ਆ। ਉਸ ਵੋਟ ਨੂੰ ਪਾਉਣ ਦੇ ਲਈ ਜਿਹੜੇ ਪਾਰਲੀਮੈਂਟ ਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਹਾਲਾਂਕਿ ਉਹਨਾਂ ਦੇ ਵਿਚਾਰਾਂ 'ਤੇ ਨਾਂ ਚੱਲਦੇ ਹੋਏ ਉਹਨਾਂ ਦਾ ਉਤਸਵ ਮਨਾਉਣ ਲਈ ਐਡੇ ਭਾਰੀ ਭਾਰੀ ਰਕਮਾਂ ਦੇ ਐਲਾਨ ਕੀਤੇ ਜਾ ਰਹੇ ਨੇ, ਸਭ ਨੂੰ ਪਹਿਲਾਂ ਤਾਂ ਇਹਨਾਂ ਲੋਕਾਂ ਦੇ ਉੱਤੇ ਸਾਨੂੰ ਮਤਲਬ ਕਿ ਨਿਸ਼ਾਨਾ ਕਸ਼ਣਾ ਚਾਹੀਦਾ ਵੀ ਇਹ ਲੋਕ ਸਾਡੇ ਗੁਰੂਆਂ ਦੀ ਬਾਣੀ 'ਤੇ ਚੱਲਣ, ਗੁਰੂ ਨਾਨਕ ਦੇ ਵਿਚਾਰਾਂ 'ਤੇ ਚੱਲਣ, ਹੈ ਨਾ, ਉਹਨਾਂ ਦੀ ਸਾਂਝੀ ਬਾਲਤਾ ਦਾ ਜਿਹੜਾ ਸੰਦੇਸ਼ ਸੀ ਉਹਨੂੰ ਮੰਨ ਕੇ ਲੋਕਾਂ ਨੂੰ ਇੱਕਜੁੱਟ ਕਰਕੇ ਲੈ ਕੇ ਜਾਣ, ਬਰਾਬਰਤਾ ਦਾ ਸੰਦੇਸ਼ ਲੈ ਕੇ ਆਉਣ, ਬਰਾਬਰਤਾ ਦੀ ਗੱਲ ਕਰਨ, ਹੈ ਨਾ, ਤਾਂ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਵੀ ਖੜ ਸਕੀਏ। ਸਾਨੂੰ ਜਦੋਂ ਇਹਨਾਂ ਦੋਗਲਾ ਚਰਿੱਤਰ ਰੱਖਦਾ ਤਾਂ ਲੋਕ ਨਹੀਂ ਨਾਲ ਖੜ੍ਹਦੇ, ਲੋਕ ਫਿਰ ਆਪਦਾ ਮਨਾਉਂਦੇ ਨੇ, ਲੋਕ ਆਪਦੇ ਉਤਸ਼ਾਹ ਨਾਲ ਆਪਦੇ ਪਰਿਵਾਰਾਂ ਨਾਲ ਬਹੁਤ ਵਧੀਆ ਮਨਾਉਣਗੇ ਮੈਨੂੰ ਲੱਗਦਾ, ਅਤੇ ਲੋਕਾਂ ਨੂੰ ਮਨਾਉਣਾ ਵੀ ਚਾਹੀਦਾ, ਚੰਗੀ ਗੱਲ ਹੈ, ਅਤੇ ਸਾਨੂੰ ਸਾਡੇ ਗੁਰੂ ਪੀਰਾਂ ਨੂੰ ਯਾਦ ਕਰਕੇ ਉਹਨਾਂ ਦੇ ਦੱਸੇ ਹੋਏ ਮਾਰਗਾਂ 'ਤੇ ਤੁਰਨਾ ਵੀ ਚਾਹੀਦਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪਰਮਵੀਰ ਸਿੰਘ। ਅੱਛਾ ਪਰਮਵੀਰ, ਤੁਸੀਂ ਜਿਵੇਂ ਮੈਨੂੰ ਪਹਿਲਾਂ ਦੱਸਿਆ ਕਿ ਤੁਸੀਂ ਇਸ ਸਿੱਖ ਸਟੱਡੀ ਦੇ ਵਿੱਚ PhD ਕਰ ਰਹੇ ਹੈਗੇ ਆ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਗੁਰੂ ਨਾਨਕ ਦੇਵ ਜੀ ਦੇ ਅਸਲ ਮਾਇਨੇ ਦੇ ਵਿੱਚ ਫਲਸਫੇ ਕੀ ਸਨ ਅਤੇ ਕਿਵੇਂ ਪੂਰੇ ਜਗਤ ਨੂੰ ਉਹਨਾਂ ਨੇ ਇੱਕਜੁੱਟਤਾ ਦਾ ਸੰਦੇਸ਼ ਦਿੱਤਾ, ਕਿਸ ਤਰ੍ਹਾਂ ਦੀ ਵਿਚਾਰਧਾਰਾ ਸੀ? ਜਿਵੇਂ ਪਹਿਲਾਂ ਗੁਰਪ੍ਰੀਤ ਥੋੜ੍ਹੀ ਗੱਲ ਕਰਕੇ ਗਿਆ ਗਾ, ਪਰ ਉਸ ਗੱਲ ਦੇ ਵਿੱਚ ਕੁਝ ਚੀਜ਼ਾਂ ਵੱਡੇ ਪੱਧਰ 'ਤੇ ਨਹੀਂ ਸਾਹਮਣੇ ਆਈਆਂ ਕਿ ਗੁਰੂ ਨਾਨਕ ਦਾ ਸਿਧਾਂਤ ਕਿਰਤ ਕਰੋ ਅਤੇ ਵੰਡ ਛਕੋ ਦਾ ਨਹੀਂ, ਸਭ ਤੋਂ ਇੰਪੋਰਟੈਂਟ ਚੀਜ਼ ਨਾਮ ਜਪੋ ਦੀ ਆ, ਕਿਉਂਕਿ ਜੇ ਤੁਸੀਂ ਨਾਮ ਨਹੀਂ ਜਪੋਗੇ ਤੁਸੀਂ ਵੰਡ ਕੇ ਨਹੀਂ ਛਕ ਸਕਦੇ। ਉਹ ਨਾਮ ਕੀ ਆ ਜਿਸ ਨੂੰ ਅੱਗੇ ਗੁਰੂ ਅਰਜਨ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਐਕਸਪਲੇਨ ਕਰਦੇ ਨੇਗੇ ਕਿ ਕਿਵੇਂ ਕਿਰਤ ਕਰਕੇ ਅਸੀਂ ਪਰਮਾਤਮਾ ਦੇ ਨਾਮ ਦੇ ਵਿੱਚ ਸੈਟਿਸਫਾਈ ਰਹਿ ਕੇ ਫਿਰ ਹੀ ਵੰਡ ਸਕਦੇ ਹਾਂ। ਜੇ ਮੈਨੂੰ ਸਬਰ ਨਹੀਂ ਤਾਂ ਮੈਂ ਅੱਗੇ ਆਪਦਾ ਵੰਡ ਨਹੀਂ ਸਕਦਾ। ਅਤੇ ਇਹ ਜਿਹੜਾ ਸਿਧਾਂਤ ਸਭ ਤੋਂ ਮੇਨ ਜਿਹੜਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੇ ਕੇ ਗਏ ਨੇਗੇ ਉਹ ਹੈਗਾ। ਉਸ ਤੋਂ ਇਲਾਵਾ ਜਿਹੜੇ ਦੂਜੇ ਸਿਧਾਂਤ ਸਾਨੂੰ ਹਰ ਹੱਕ ਸੱਚ ਦੇ ਲਈ ਬੋਲਣ ਦੀ ਗੱਲ ਕਰਕੇ ਗਏ ਨੇ, ਉਹ ਜਿਹੜੇ ਸਿਧਾਂਤ ਨੇ ਜਿਹੜੇ ਅੱਜ ਕਿਤੇ ਨਾ ਕਿਤੇ ਦੂਰ ਜਾ ਰਹੇ ਨੇ, ਕੁਝ ਕੁ ਸਾਜਿਸ਼ਾਂ ਦੇ ਤਾਹੇ, ਚਾਹੇ ਉਹ ਸੰਘ ਦੀ ਨਾਗਪੁਰੀ ਸੰਦੇਸ਼ ਨੇਗੇ, ਚਾਹੇ ਜਿਹੜੇ ਵਾਇਆ ਨਾਗਪੁਰ ਦਿੱਲੀ ਹੋ ਕੇ ਸਿੱਧੇ ਬਾਦਲ ਕੇ ਘਰੋਂ ਘੁੰਮਤ ਕੇ ਆਉਂਦੇ ਨੇਗੇ, ਅਤੇ ਉਹ ਵਾਲੇ ਸੰਦੇਸ਼ਾਂ ਨੇ ਅੱਜ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾਵਾਂ ਦੀ ਜਿਹੜੀ ਅਹਿਮੀਅਤ ਆ ਉਹ ਸਾਡੀ ਜਿਹੜੀ ਰੂਹ ਦੀ ਤਾਜ਼ਗੀ, ਸਾਡੀ ਪਹਿਲ ਤਾਜ਼ਗੀ ਸੀਗੀ ਉਹਨਾਂ ਦੀ ਖਤਮ ਕਰ ਦਿੱਤੀ ਆ। ਸਾਨੂੰ ਅੱਜ ਲੋੜ ਆ ਕਿ ਉਹਨਾਂ ਦੀ ਪਹਿਲ ਤਾਜ਼ਗੀ ਨੂੰ ਮੁੜ ਸੰਜੀਦਾ ਕਰਨ ਦੀ, ਸਾਡੀ ਮਾਨਸਿਕਤਾ ਦੇ ਵਿੱਚ ਦੁਬਾਰੇ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਉਹੀ ਤਕੀਦ ਕਰਨ ਦੇ ਲਈ ਕਿ ਜਦੋਂ ਅਕਾਲ ਤਖਤ ਤੋਂ ਹੁਕਮਨਾਮਾ ਆਵੇ ਤਾਂ ਸਿੱਖ ਲਈ ਸਭ ਤੋਂ ਜ਼ਰੂਰੀ ਚੀਜ਼ ਉਹ ਹੋਵੇ। ਪਰ ਅੱਜ ਉਹਦੀ ਜਿਹੜੀ ਦੂਰੀ ਹੋ ਰਹੀ ਆ ਉਹ ਕਿਤੇ ਨਾ ਕਿਤੇ ਏਜੰਸੀਆਂ ਦਾ ਹੱਥ ਚੜ੍ਹ ਕੇ ਹੋ ਰਹੀ ਹੈ। ਜਿਵੇਂ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਗੱਲ ਕੀਤੀ, ਕਿਉਂਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹਰ ਸਿੱਖ ਦੇ ਲਈ ਮੰਨਣਾ ਜ਼ਰੂਰੀ ਹੈ, ਪਹਿਲਾਂ ਵੀ ਇਹੀ ਸੀ ਅਤੇ ਹੁਣ ਸ਼ਾਇਦ ਕਿਤੇ ਨਾ ਕਿਤੇ ਨਿਘਾਰ ਦੇਖਿਆ ਜਾ ਰਿਹਾ। ਸਵਾਲ ਇਹ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸਮਾਗਮ ਹੋਣੇ ਨੇ 550ਵੇਂ ਪ੍ਰਕਾਸ਼ ਪੁਰਬ ਦੇ ਉਹ ਇੱਕ ਮੰਚ 'ਤੇ ਹੋਣੇ ਚਾਹੀਦੇ ਨੇ, ਇੱਕਜੁੱਟਤਾ ਦੇ ਨਾਲ ਹੋਣੇ ਚਾਹੀਦੇ ਨੇ, ਸਾਰੀਆਂ ਧਿਰਾਂ ਇੱਕ ਮੰਚ 'ਤੇ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ। ਹੁਣ ਕੁਝ ਧਿਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਇਸ ਮੰਚ 'ਤੇ 1984 ਦੇ ਕਾਤਲ ਨੇ ਉਹਨਾਂ ਦੇ ਨਾਲ ਉਹ ਧਿਰਾਂ ਇਕੱਠੀਆਂ ਨਹੀਂ ਹੋਣਗੀਆਂ, ਉਹ ਅਲੱਗ ਤੋਂ ਸਮਾਗਮ ਮਨਾਏ ਜਾਣਗੇ। ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਦੀ ਵੀ ਉਲੰਘਣਾ ਹੋ ਰਹੀ ਹੈ? ਨਹੀਂ, ਤੁਸੀਂ ਉਲੰਘਣਾ ਨੂੰ ਕਿਵੇਂ ਡਿਫਾਈਨ ਕਰੋਗੇ? ਜੇ ਇੱਕ ਧੜਾ ਕਹਿ ਰਿਹਾ, ਹੁਣ ਇੱਕ ਉਹੀ ਜਿਹੜੇ ਧੜਾ ਗਾ ਜਿਹਦੀ ਜਿਨ੍ਹਾਂ ਨੇ ਅਕਾਲ ਤਖਤ ਉੱਤੇ ਹਮਲਾ ਕੀਤਾ, ਚਾਹੇ ਉਹ ਬਾਦਲ ਵੀ ਆ ਚਾਹੇ ਉਹ ਕਾਂਗਰਸ ਵੀ ਆ, ਦੋਨਾਂ ਦਾ ਬਰਾਬਰ ਦੀ ਸ਼ਮੂਲੀਅਤ ਤੁਸੀਂ ਮੰਨਦੇ? ਜੇ ਭਾਜਪਾ ਵੀ
ਮਾਰਚ ਕੱਢ ਰਹੀ ਹੈ ਚੱਲ ਅੰਮ੍ਰਿਤਸਰ ਦੇ ਵਿੱਚ ਹਮਲਾ ਕੀਤਾ ਜਾਣਾ ਚਾਹੀਦਾ, ਭਿੰਡਰਾਂ ਵਾਲੇ 'ਤੇ ਨੱਥ ਪਾਉਣੀ ਚਾਹੀਦੀ ਆ, ਉਹ ਜਿਹੜੇ ਬੰਦੇ ਸਾਡੇ ਅਕਾਲ ਤਖ਼ਤ ਨੂੰ ਨਿਸਤੋ ਨਾਬੂਦ ਕਰਨ ਦੇ ਹੱਕ ਦੇ ਵਿੱਚ ਨੇਗੇ, ਅਸੀਂ ਕਿੰਜ ਉਹਨਾਂ ਦੇ ਨਾਲ ਖੜਾਂਗੇ? ਇਹ ਇੱਕ ਆਪਣੇ ਆਪ ਦੇ ਇੱਕ ਸਵਾਲ ਹੋ ਜਾਂਦਾ। ਹੁਕਮਨਾਮਾ ਆਇਆ ਵਾ ਉੱਥੇ ਆ ਕਿ ਤੁਸੀਂ ਆਪਣੀਆਂ ਪਹਿਚਾਣ ਛੱਡ ਕੇ ਆਉਂਗੇ। ਜਦੋਂ ਇੱਕ ਸਿੱਖ ਗੁਰੂ ਕੋਲ ਜਾਂਦਾ ਤਾਂ ਉਹ ਸਿੱਖ ਜਾਂਦਾ, ਉਹ ਕਾਂਗਰਸੀ ਨਹੀਂ ਜਾਂਦਾ, ਅਕਾਲੀ ਨਹੀਂ ਜਾਂਦਾ। ਹਾਂ, ਇਹੋ ਕਹਿਣਾ ਚਾਹੁੰਦਾ ਮੈਂ, ਕਿਉਂਕਿ ਜਦੋਂ ਸਮਾਗਮਾਂ ਦੀ ਗੱਲ ਆਉਂਦੀ ਹੈ ਉਦੋਂ ਹਰ ਕੋਈ, ਹਰ ਸਿਆਸੀ ਧਿਰ, ਕਾਂਗਰਸੀ, ਅਕਾਲੀ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ, ਇਸ ਤਰ੍ਹਾਂ ਦੇ ਨਾਵਾਂ ਦੇ ਨਾਲ ਜਾਣਿਆ ਜਾਂਦਾ, ਇਸ ਤਰ੍ਹਾਂ ਦੀਆਂ ਧਿਰਾਂ ਬਣੀਆਂ ਹੁੰਦੀਆਂ ਨੇ। ਮੇਰਾ ਇਹ ਸਵਾਲ ਹੈ ਕਿ ਜਦੋਂ ਸਾਂਝੇ ਸਮਾਗਮ ਨੇ, ਜਦੋਂ ਸਿੱਖ ਪੁੱਜਣਗੇ, ਗੈਰ ਸਿੱਖ ਪੁੱਜਣਗੇ, ਤਾਂ ਉਹਨਾਂ ਦੇ ਵਿੱਚ ਪਾਰਟੀਆਂ ਦਾ ਕੀ ਸਿਧਾਂਤ ਰਹਿ ਜਾਵੇਗਾ, ਪਾਰਟੀਆਂ ਦਾ ਕੀ ਵਜੂਦ ਰਹਿ ਜਾਵੇਗਾ? ਸਾਂਝੇ ਸਮਾਗਮਾਂ ਦੇ ਵਿੱਚ ਸਿਰਫ ਸਿੱਖਾਂ ਦੀ ਗੱਲ ਹੋਣੀ ਚਾਹੀਦੀ ਹੈ, ਇਹ ਹੁਣ ਤਾਂ ਫਿਰ ਇੱਕ ਵਾਰੀ ਪਾਰਟੀਆਂ ਦੀ ਗੱਲ ਹੋ ਰਹੀ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਪ੍ਰਧਾਨ ਮੰਤਰੀ ਮੋਦੀ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨਗੇ ਤਾਂ ਬਜਟ ਦਾ ਇਜਲਾਸ ਦੇਖਿਆ ਜਾਵੇ। ਬਜਟ ਇਜਲਾਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਲਈ ਕੁਝ ਨਹੀਂ, ਅਤੇ ਹੁਣ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਪੁੱਜਣਗੇ, ਕਿਸ ਤਰ੍ਹਾਂ ਦਾ ਜਵਾਬ ਦੇਣਗੇ ਉਹ? ਦੇਖੋ, ਅਗਲਿਆਂ ਨੇ ਜੋ ਕਰਨਾ ਉਹਨਾਂ ਨੇ ਕਰੀ ਜਾਣਾ। ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੇ 550 ਸਾਲਾਂ ਮਨਾਉਣ ਦੇ ਲਈ ਸਾਰਿਆਂ ਨੂੰ ਕਿਹਾ ਗਿਆ, ਪਰ ਜਿਵੇਂ ਉਹ ਮਨਾ ਰਹੇ ਨੇ ਉਹ ਸਾਡੇ ਲਈ ਆਪਣੇ ਆਪ ਦੇ ਚਿੰਤਾ ਦਾ ਵਿਸ਼ਾ ਹੈਗਾ। ਕਿਉਂਕਿ ਬੇਸਿਕਲੀ ਮਨਾਉਣਾ ਕੀ ਹੈਗਾ, ਅੱਜ ਇੱਥੇ ਜੇ ਮਨਾਉਣ 'ਤੇ ਗੱਲ ਕਰੀਏ, ਗੁਰੂ ਨਾਨਕ ਪਾਤਸ਼ਾਹ ਨੇ ਕਦੋਂ ਕਿਹਾ ਮੇਰੇ ਗੁਰਪੁਰਬ ਮਨਾਓ? ਉਹਨਾਂ ਨੇ ਕਿਹਾ ਸਿਧਾਂਤ ਫੋਲੋ ਕਰੋ, ਸਿਧਾਂਤਾਂ 'ਤੇ ਤੁਸੀਂ ਪਹਿਰਾ ਦਿਓਗੇ ਤਾਂ ਹਰ ਸਿੱਖ ਗੁਰੂ ਨਾਨਕ ਪਾਤਸ਼ਾਹ ਸਿਧਾਂਤ ਹੋ ਰਿਹਾ ਫੋਲੋ। ਉਹੀ ਤਾਂ ਮਸਲਾ ਨਾ, ਕਿ ਜਦੋਂ ਹੁਣ ਪਾਰਟੀਬਾਜ਼ੀ ਆ ਜਾਂਦੀ ਆ, ਜਦੋਂ ਅਸਲੀ ਸਿਧਾਂਤਾਂ ਤੋਂ ਦੂਰ ਹੋ ਰਹੇ ਹੋ, ਉੱਥੇ ਮਸਲੇ ਸਿਰਫ ਰੋਟੀਆਂ ਸੇਕਣ ਦੇ ਰਹਿ ਗਏ ਨੇ। ਅੱਛਾ, ਤੁਹਾਡੇ ਮੁਤਾਬਕ ਸਿਆਸਤ ਕੌਣ ਕਰ ਰਿਹਾ ਇਹਨਾਂ ਸਮਾਗਮਾਂ ਦੇ ਉੱਤੇ? ਕੌਣ ਨਹੀਂ ਕਰ ਰਿਹਾ? ਕਿਹੜੇ ਕਰ ਰਿਹਾ? ਕੌਣ ਨਹੀਂ ਕਰ ਰਿਹਾ ਮੈਨੂੰ ਇੱਕ ਵੀ ਬੰਦ ਇੱਦਾਂ ਦੱਸ ਸਕਦੇ, ਕੋਈ ਵੀ ਧਿਰ ਜਿਹੜੀ ਨਹੀਂ ਕਰ ਰਹੀ ਹੋਵੇ। ਇੱਕ ਗੱਲ ਹੈਗੀ, ਸਿੱਖ ਦੀ ਜ਼ਿੰਦਗੀ 'ਚੋਂ ਰਾਜਨੀਤੀ ਦੂਰ ਨਹੀਂ ਹੈਗੀ, ਸਾਡੇ ਜਿੱਥੇ ਮੀਰੀ ਅਤੇ ਪੀਰੀ ਦੋਵਾਂ ਦੇ ਬਰਾਬਰ ਦਾ ਸਹਿਯੋਗ ਆ, ਪਰ ਸਿੱਖਾਂ ਦੀ ਰਾਜਨੀਤੀ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਸਾਰਿਆਂ ਦੇ ਸਰਬੱਤ ਦੇ ਭਲੇ ਦੀ ਰਾਜਨੀਤੀ ਹੈ, ਜੇ ਵਿਸਮਾਦੀ ਪੂੰਜੀ ਦੀ ਰਾਜਨੀਤੀ ਹੈ ਸਿੱਖਾਂ ਦੀ। ਸਿੱਖਾਂ ਦੀ ਕੋਈ ਰਾਜਨੀਤੀ ਇੱਦਾਂ ਘਟੀਆ ਪੱਧਰ ਦੀ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਂਦੀ ਨਹੀਂ ਹੈ। ਅਸੀਂ ਉਹ ਕੌਮ ਹਾਂ ਜਿਹੜੇ ਇੱਕ ਬੰਦੇ ਦੀ ਜਾਨ ਬਚਾਉਣ ਲਈ 10-10 ਹਜ਼ਾਰ ਸਿੱਖ ਸ਼ਹੀਦ ਕਰਵਾ ਲੈਂਦੇ ਹਾਂ। ਸਾਡੀ ਰਾਜਨੀਤੀ ਹਮੇਸ਼ਾ ਸਰਬੱਤ ਦੇ ਭਲੇ ਦੀ ਆ, ਅਸੀਂ ਵਿਸਮਾਦੀ ਰਾਜਨੀਤੀ ਦੇ ਵਾਰਸ ਹਾਂ ਅਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਰਾਜਨੀਤੀ ਦੇ ਵਾਰਸ ਹਾਂ। ਉਸ ਸਿਧਾਂਤਾਂ 'ਤੇ ਪਹਿਰਾ ਸਾਨੂੰ ਅੱਜ ਨਹੀਂ ਅਤੇ ਕੱਲ੍ਹ ਦੇਣਾ ਹੀ ਪਵੇਗਾ, ਨਹੀਂ ਨਿਸ ਤੋਂ ਨਬੂਦ ਹੁੰਦਿਆਂ ਪਊਗੀ, ਬਹੁਤਾ ਸਮਾਂ ਨਹੀਂ ਲੱਗਣਾ। ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਅਤੇ ਬਹੁਤ ਵਧੀਆ ਵਿਚਾਰ ਇਹਨਾਂ ਦੇ ਵੱਲੋਂ ਰੱਖੇ ਗਏ ਨੇ। ਜਿਵੇਂ ਇਹਨਾਂ ਨੇ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕੀਤੀ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਗੱਲ ਕੀਤੀ, ਅਤੇ ਨਾਲ ਦੀ ਨਾਲ ਇਹਨਾਂ ਪ੍ਰਕਾਸ਼ ਦਿਹਾੜਿਆਂ ਦੇ ਉੱਤੇ ਹੋ ਰਹੀ ਸਿਆਸਤ ਦੀ ਵੀ ਗੱਲ ਕੀਤੀ। ਕਿਤੇ ਨਾ ਕਿਤੇ ਸਿਆਸਤਦਾਨ ਇਸ ਸਿਆਸਤ ਦੇ ਚੱਕਰ ਵਿਊ ਦੇ ਵਿੱਚ ਫਸਦੇ ਹੋਏ ਸਾਫ਼ ਦਿਖਾਈ ਦੇ ਰਹੇ ਨੇ। ਅਤੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਇਸ ਤੋਂ ਬਾਅਦ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਜਿੱਥੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿਆਸੀ ਧਿਰਾਂ, ਸਿੱਖ ਜਥੇਬੰਦੀਆਂ ਅਤੇ ਹੋਰ ਜਿਹੜੇ ਸਿੱਖ ਨੇ ਉਹ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਸਮਾਗਮਾਂ ਦੀਆਂ ਤਿਆਰੀਆਂ ਕਰ ਰਹੇ ਨੇ, ਹੋਰ ਵੀ ਬਹੁਤ ਕੁਝ ਕੀਤਾ ਜਾ ਰਿਹਾ। ਪਰ ਇੱਥੇ ਸਵਾਲ ਇਹ ਹੈ ਕਿ ਇਸ ਪ੍ਰਕਾਸ਼ ਪੁਰਬ ਦੇ ਲਈ ਨੌਜਵਾਨ ਕੀ ਕਰ ਰਹੇ ਨੇ, ਨੌਜਵਾਨਾਂ ਦਾ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੈ, ਕਿਸ ਤਰ੍ਹਾਂ ਦਾ ਇਹ ਸੋਚਣਾ ਹੈ ਕਿ ਕਿਸ ਤਰ੍ਹਾਂ ਇਹਨਾਂ ਸਮਾਗਮਾਂ ਨੂੰ ਮਨਾਇਆ ਜਾਵੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਸੋਨਪ੍ਰੀਤ ਕੌਰ। ਅੱਛਾ, ਇਹ ਜਿਹੜੇ ਪ੍ਰਕਾਸ਼ ਪੁਰਬ ਦੇ ਸਮਾਗਮ ਹੈਗੇ ਨੇ, ਤੁਸੀਂ ਨੌਜਵਾਨ ਨੂੰ ਕਿਸ ਪੱਧਰ ਦੇ ਉੱਤੇ ਤਿਆਰੀਆਂ ਕਰ ਰਹੇ ਹੋ, ਕਿਸ ਤਰ੍ਹਾਂ ਦੀ ਵਿਚਾਰਧਾਰਾ ਵੀ ਇਹਨਾਂ ਸਮਾਗਮਾਂ ਨੂੰ ਮਨਾਇਆ ਜਾਣਾ ਚਾਹੀਦਾ ਹੈ? ਹਾਲਾਂਕਿ ਸਿਆਸਤ ਤਾਂ ਸਿਆਸਤ ਕਰ ਰਹੀ ਹੈ। ਦੇਖੋ, ਜਿਵੇਂ ਆਪਾਂ ਅੱਜ ਕੱਲ੍ਹ ਦੇ ਮਸਲੇ ਆ, ਗੁਰੂ ਸਾਹਿਬਾਨਾਂ ਦਾ ਅਸੀਂ ਪ੍ਰਕਾਸ਼ ਪੁਰਬ ਮਨਾਉਣਾ ਆ, ਤਾਂ ਅਸੀਂ ਕੀਰਤਨ ਸਮਾਗਮ ਇਹ ਸਭ ਤਾਂ ਆਪਾਂ ਰੱਖਾਂਗੇ ਕਿਉਂਕਿ ਇਸ ਤਰ੍ਹਾਂ ਆਪਾਂ ਮਨਾਉਂਦੇ ਆ ਰਹੇ ਹਾਂ, ਪਰ ਸਾਨੂੰ ਜਿਵੇਂ ਅੱਜ ਦੀ ਲੋੜ ਹੈ, ਜਿਵੇਂ ਪੰਜਾਬ ਵਿੱਚ ਹੋਰ ਸਮੱਸਿਆਵਾਂ ਹਨ ਜਿਵੇਂ ਕਿ ਏਫੋਰੈਸਟੇਸ਼ਨ, ਰੁੱਖ ਲਗਾਉਣੇ, ਇਸ ਤਰ੍ਹਾਂ ਦਾ ਕੁਛ ਐਵੇਂ ਦਾ ਕਰਨਾ, ਜਾਂ ਫਿਰ ਪਾਣੀ ਦਾ ਲੈਵਲ ਘੱਟ ਰਿਹਾ, ਇਸ ਪਰ ਮਤਲਬ ਐਵੇਂ ਦੇ ਮਤਲਬ ਮੁੱਦੇ ਚੱਕਣੇ ਵਾਤਾਵਰਣ ਦੇ ਲਈ। ਤੁਸੀਂ ਵਾਤਾਵਰਣ ਸੰਭਾਲਣ ਦੀ ਗੱਲ ਕਰ ਰਹੇ ਹੈਗੇ ਆ, ਅਤੇ ਹੋਰ ਕੀ ਕੁਛ ਕਰ ਰਹੇ ਹੋ? ਕਿਉਂਕਿ ਪੰਜਾਬ ਦੇ ਵਿੱਚ ਸਮੱਸਿਆਵਾਂ ਤਾਂ ਤੁਹਾਨੂੰ ਪਤਾ ਹੈ, ਬਹੁਤ ਹੈ, ਨਸ਼ਾ ਹੈ, ਬੇਰੁਜ਼ਗਾਰੀ ਹੈ, ਮਤਲਬ ਜੇ ਮੈਂ ਗਰਾਉਂਡ ਚਲੇ ਜਾਵਾਂ ਤਾਂ ਸ਼ਾਇਦ ਇੱਕ ਪ੍ਰੋਗਰਾਮ ਪੂਰਾ ਹੋ ਜਾਏ। ਹੋਰ ਇਸ ਤੋਂ ਇਲਾਵਾ, ਵਾਤਾਵਰਣ ਤੋਂ ਇਲਾਵਾ ਹੋਰ ਕੀ ਕੁਛ ਕਰ ਰਹੇ? ਦੇਖੋ, ਹੋਰ ਕੁਛ ਤਾਂ ਅਸੀਂ ਐਵੇਂ ਕਰ ਸਕਦੇ, ਜਿਵੇਂ ਹੁਣ ਸਰਕਾਰ ਨੂੰ ਵੀ ਚਾਹੀਦਾ ਕਿ ਪੂਰੀ ਸਪੋਰਟ ਕਰੇ, ਅਗਰ ਅਸੀਂ ਸਿੱਖ ਬੱਚੇ ਰਲ ਕੇ ਜਥੇਬੰਦੀਆਂ ਬਣਾ ਰਹੇ ਨੇ, ਤਾਂ ਜਿਵੇਂ ਯੂਨੀਵਰਸਿਟੀਆਂ ਵਿੱਚ ਸਿੱਖ ਬੱਚਿਆਂ ਨੂੰ ਤਾਂ ਕਿ ਮੂਹਰੇ ਆ ਸਕਣ, ਉਹ ਅੱਗੇ ਵੱਧ ਸਕਣ, ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਵਗੈਰਾ ਐਵੇਂ ਦਾ ਕੁਛ, SGPC ਵੱਲੋਂ ਜਿਵੇਂ ਕਰਿਆ ਜਾਂਦਾ ਐਵੇਂ ਦਾ ਕੁਛ ਚਾਹੀਦਾ ਬੱਚਿਆਂ ਲਈ। ਕਰ ਰਹੀ ਹੈ ਇਸ ਵਾਸਤੇ ਜਾਂ ਸਰਕਾਰ ਕਰ ਰਹੀ ਹੈ ਕੁਛ? ਉਹਨਾਂ ਦੇ ਜਿਵੇਂ ਕਾਲਜ ਵਗੈਰਾ ਹੈਗੇ ਉੱਥੇ ਹੋਵੇ, ਪਰ ਇੱਦਾਂ ਜੋ ਯੂਨੀਵਰਸਿਟੀਜ਼ ਨੇ ਉਹਨਾਂ ਬੱਚਿਆਂ ਲਈ ਕਰਨਾ ਚਾਹੀਦਾ। ਮਤਲਬ ਯੂਨੀਵਰਸਿਟੀ ਤੋਂ ਇਲਾਵਾ ਵੀ ਤਾਂ ਹੋਣਾ ਚਾਹੀਦਾ, ਕਿਉਂਕਿ ਸਿੱਖ ਤਾਂ ਪੂਰੇ ਪੰਜਾਬ ਦੇ ਵਿੱਚ ਵੱਸਦੇ। ਇਹ ਸਭ ਕੁਛ ਕਰਨਾ ਚਾਹੀਦਾ, ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਨਾਮ ਹੈ ਜੀ? ਮੇਰੇ ਮਨਪ੍ਰੀਤ ਸਿੰਘ। ਅੱਛਾ ਮਨਪ੍ਰੀਤ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗਾ ਕਿ 550 ਪ੍ਰਕਾਸ਼ ਪੁਰਬ ਹੈ, ਪੂਰੀ ਦੁਨੀਆ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ, ਉਤਸ਼ਾਹ ਦੇ ਨਾਲ ਮਨਾਉਣ ਦੇ ਲਈ ਤਿਆਰੀਆਂ ਵਿੜੀਆਂ ਹੋਈਆਂ ਨੇ, ਤੁਸੀਂ ਕਿੰਨੇ ਕੁ ਤਿਆਰ ਹੈਗੇ ਆ? ਅਸੀਂ ਬਿਲਕੁਲ ਤਿਆਰ ਹਾਂ ਜੀ, ਸਾਡਾ ਮਹਾਰਾਜ ਦਾ ਪ੍ਰਕਾਸ਼ ਪੁਰਬ ਆ, ਹੈ ਨਾ। ਅਸੀਂ, ਸਾਨੂੰ ਅੱਛਾ ਲੱਗਦਾ, ਅਸੀਂ ਜਾਵਾਂਗੇ, ਗੁਰਮੁਖ ਦੀ ਗੱਲਾਂ ਸਿੱਖਾਂਗੇ, ਗੁਰੂ ਨਾਨਕ ਪਾਤਸ਼ਾਹ ਵੱਲੋਂ ਜੋ ਆਈਆਂ ਹੈ ਨਾ, ਘਰ ਚੋਂ ਨਿਕਲੀਆਂ ਨੇ, ਸਿੱਖਾਂਗਾ ਉਹਨਾਂ ਬਾਰੇ ਕੁਛ ਪਤਾ ਲੱਗੂਗਾ, ਸਾਨੂੰ ਕੁਛ ਜਾਣੂ ਆਵਾਂਗੇ ਉਹਨਾਂ ਬਾਰੇ, ਅਤੇ ਅੱਛੀ ਤਿਆਰੀ ਹੈ ਸਾਡਾ। SGPC ਅਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਂਝੇ ਸਮਾਗਮ ਹੋਣਗੇ, ਸਾਂਝੇ ਸਮਾਗਮਾਂ ਦੇ ਵਿੱਚ ਕਿਸ ਤਰ੍ਹਾਂ ਦੀ ਰੂਪਰੇਖਾ ਸਿੱਖਾਂ ਤੱਕ ਪਹੁੰਚਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਸਮਾਗਮ ਹੋਣਗੇ? ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਦੇ ਸਮਾਗਮ ਕੀ ਕੁਝ ਹੋਣਾ ਹੈ ਉੱਥੇ, ਜਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ? ਦੇਖੋ ਜੀ, ਅਗਰ ਆਪਾਂ ਗੱਲ ਕਰਦੇ ਹਾਂ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ, ਹੈ ਨਾ, ਅਤੇ ਇੱਕ ਗੁਰਮੁਖ ਸਮਾਗਮ ਹੋਣਾ ਚਾਹੀਦਾ, ਅਤੇ ਅਸੀਂ ਇਹੀ ਆਸ ਕਰਦੇ ਹਾਂ, ਕਰਾਂਗੇ ਜਾਂ ਕਰਦੇ ਹਾਂ ਕਿ ਜਿਹੜਾ ਉੱਥੇ ਸਮਾਗਮ ਹੋਵੇ ਉੱਥੇ ਕੋਈ ਰਾਜਨੀਤੀ ਨਾ ਕਰੀ ਜਾਵੇ, ਹੈ ਨਾ ਜੀ, ਅਤੇ ਗੁਰਮੁਖ ਸਮਾਗਮ ਆ ਅਤੇ ਗੁਰਮੁਖ ਬਾਰ ਦਾ ਹੀ ਪ੍ਰਚਾਰ ਹੋਵੇ ਉੱਥੇ, ਆਪਣੀ ਪਾਰਟੀਆਂ ਨੂੰ ਵਿੱਚ ਲਿਆ ਕੇ ਸਿਆਸਤਦਾਨੀ ਕੁਛ ਕਰਕੇ ਉਹ ਕਰਨ ਦੀ ਲੋੜ ਨਹੀਂ ਆ, ਅਤੇ ਜੋ ਵੀ ਹੋਏਗਾ ਗੁਰਮੁਖ ਸਮਾਗਮ ਗੁਰਮੁਖ ਅਕੋਰਡਿੰਗ। ਤੁਸੀਂ ਕਿਹਾ ਕਿ ਗੁਰਮਤ ਅਕੋਰਡਿੰਗ ਜਾਂ ਗੁਰਮਤ ਅਨੁਸਾਰ ਹੋਵੇ, ਅਤੇ ਸਿਆਸਤਦਾਨ ਤਾਂ ਹੁਣ ਤੋਂ ਹੀ ਸਿਆਸਤ ਕਰ ਰਹੇ ਨੇ, ਉੱਪਰੋਂ ਉੱਪਰੋਂ ਕਹਿ ਰਹੇ ਨੇ ਕਿ ਸਾਂਝੇ ਸਮਾਗਮ ਹੋਣੇ ਚਾਹੀਦੇ ਨੇ, ਸਾਂਝੀਆਂ ਸਟੇਜਾਂ ਹੋਣੀਆਂ ਚਾਹੀਦੀਆਂ ਨੇ, ਅਤੇ ਫਿਰ ਇਹ ਕਿਵੇਂ ਕਿਹਾ ਜਾ ਰਿਹਾ ਕਿ ਇਹ ਸਮਾਗਮ BJP ਕਰਾ ਰਹੀ ਹੈ, ਅਕਾਲੀ ਦਲ ਕਰਾ ਰਿਹਾ ਹੈ, ਕਾਂਗਰਸ ਕਰਾ ਰਹੀ ਹੈ, ਆਮ ਆਦਮੀ ਪਾਰਟੀ ਕਰਾ ਰਹੀ ਹੈ? ਸਿਆਸਤਦਾਨ ਇਹ ਕਿਉਂ ਨਹੀਂ ਕਹਿ ਰਹੇ ਕਿ ਇਹ ਸਮਾਗਮ ਸਿੱਖ ਕਰਾ ਰਹੇ ਨੇ, ਗੈਰ ਸਿੱਖ ਕਰਾ ਰਹੇ ਨੇ, ਜਾਂ ਸਿੱਖ ਕੌਮ ਇਕਜੁੱਟਤਾ ਦੇ ਨਾਲ ਕਰਾ ਰਹੀ ਹੈ? ਫਿਰ ਵੀ ਵੰਡੀਆਂ ਕਿਉਂ ਪਾਈਆਂ ਜਾ ਰਹੀਆਂ ਨੇ? ਅਤੇ ਸਵਾਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਇਕਜੁੱਟਤਾ ਦਾ ਸੰਦੇਸ਼ ਦਿੱਤਾ, ਅੱਜ ਸਾਨੂੰ ਇਹ ਕਹਿਣ ਦੀ ਵੀ ਕਿਉਂ ਲੋੜ ਪੈ ਗਈ ਕਿ ਸਾਂਝੇ ਸਮਾਗਮ ਹੋਣੇ ਚਾਹੀਦੇ ਨੇ? ਸਮਾਗਮ ਤਾਂ ਸਿੱਖਾਂ ਦੇ ਸਾਂਝੇ ਹੀ ਹੁੰਦੇ ਨੇ। ਬਿਲਕੁਲ ਜੀ, ਇਹ ਗੱਲ ਤੁਹਾਡੀ ਬਿਲਕੁਲ ਸਹਿਮਤ ਆ ਸੀ ਕਿ ਹਾਂ ਸਾਂਝੇ ਸਮਾਗਮ ਹੁੰਦੇ ਨੇ, ਪਰ ਹੁਣ ਪੋਲੀਟਿਕਸ ਦੇ ਵਿੱਚ ਕੀ ਕਹਿ ਸਕਦੇ ਸੀ, ਪੋਲੀਟਿਕਸ ਦਾ ਕੁਛ ਨਹੀਂ ਪਤਾ, ਸਿਆਸਤਦਾਨ ਜਿਹੜੀ ਕਰਦੇ ਨੇ, ਪੋਲੀਟਿਕਸ ਜਿਹੜੀ ਖੇਡਦੇ ਨੇ ਆਪਸ ਦੇ ਵਿੱਚ, ਇਹਨਾਂ ਦਾ ਕੁਛ ਕਹਿ ਨਹੀਂ ਸਕਦੇ, ਇਹ ਹੋਣਾ ਨਹੀਂ ਚਾਹੀਦਾ, ਹੈ ਨਾ ਜੀ, ਹੋਣਾ ਨਹੀਂ ਚਾਹੀਦਾ। ਗੁਰਮੁਖ ਸਮਾਗਮ ਤਾਂ ਇਹਨੂੰ ਉਸੇ ਅਕੋਰਡਿੰਗ ਲੈ ਕੇ ਜਾਓ, ਅਤੇ ਜਿਹੜੀ ਸਾਡੀ ਸਿੱਖ ਪੰਥ ਆ ਜਾਂ ਹੋਰ ਪੂਰਾ ਨੇਸ਼ਨ ਹੈ ਜੋ ਵੀ ਹੈ, ਉਹਨੂੰ ਇੱਕ ਅੱਛਾ ਮੈਸੇਜ ਦਿਓ, ਉਹਨਾਂ ਨੂੰ ਅੱਛਾ ਸਮਝਾਓ, ਬਸ ਐਵੇਂ ਪੋਲੀਟਿਕਸ ਨਹੀਂ ਖੇਡਣੀ ਚਾਹੀਦੀ ਉਸ। ਪਰ ਇੱਕ ਦੂਜੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕੋਈ ਜਿਹੜਾ ਹੈ ਇਸ ਦੇ ਵਾਸਤੇ ਬਜਟ ਨਹੀਂ ਰੱਖਿਆ ਗਿਆ, ਕਾਰਨ ਕੀ ਨੇ? ਬਜਟ ਨਹੀਂ ਰੱਖਿਆ ਗਿਆ ਕਾਰਨ ਹੁਣ ਕੀ ਹੋ ਸਕਦਾ ਹੈ ਰੂਪਾ ਭਾਅ ਜੀ, ਕਾਰਨ ਕੀ ਹੋ ਸਕਦਾ? ਜਿਹਨਾਂ ਨਾਲ ਗੱਲ ਕਰ ਲੈਂਦੇ, ਕੀ ਨਾਮ ਹੈ ਜੀ? ਮੇਰਾ ਨਾਮ ਮਨਪ੍ਰੀਤ ਸਿੰਘ। ਮਨਪ੍ਰੀਤ ਜੀ, ਜਿਹੜੇ 550 ਪ੍ਰਕਾਸ਼ ਪੁਰਬ ਹੈ, ਹਾਲਾਂਕਿ ਕੇਂਦਰ ਸਰਕਾਰ ਦਾਅਵੇ ਤਾਂ ਕਰ ਰਹੀ ਹੈ ਕਿ ਮਨਾਵਾਂਗੇ, ਮੋਦੀ ਪ੍ਰਧਾਨ ਮੰਤਰੀ ਮੋਦੀ ਸੁਲਤਾਨਪੁਰ ਲੋਧੀ ਆ ਰਹੇ ਨੇ ਸਮਾਗਮ ਮਨਾਉਣ ਦੇ ਲਈ, ਬਜਟ ਦੇ ਵਿੱਚ ਕੁਝ ਨਹੀਂ। ਇਸ ਕਰਕੇ ਬਜਟ ਦੇ ਵਿੱਚ ਪੰਜਾਬ ਨੂੰ ਪਹਿਲਾਂ ਵੀ ਨਹੀਂ ਕੁਛ ਮਿਲਿਆ, ਜਦੋਂ ਮਨਮੋਹਨ ਸਿੰਘ ਸਰਕਾਰ ਸੀ ਤਲਵੰਡੀ ਸਾਬੋ ਦੇ ਲਈ, ਜਦੋਂ ਇੱਥੇ ਮਨਾਇਆ ਗਿਆ ਉੱਥੇ ਵਿਸਾਖੀ ਦਾ ਦਿਹਾੜਾ, ਉਦੋਂ 100 ਕਰੋੜ ਰੁਪਏ ਦਾ ਐਲਾਨ ਹੋਇਆ, ਜਾਂ ਮਹਾਰਾਸ਼ਟਰ ਦੇ ਵਿੱਚ ਵੀ ਐਲਾਨ ਹੁੰਦੇ ਨੇ ਪਰ ਐਲਾਨ ਹੀ ਰਹਿ ਜਾਂਦੇ ਨੇ। ਪੰਜਾਬ ਦੇ ਵਾਸਤੇ ਜਿਹੜਾ ਇਹ RSS ਅਤੇ ਮੋਦੀ ਸਰਕਾਰ, BJP ਇੱਕ ਪਾਸੇ ਕਹਿ ਰਿਹਾ ਅਸੀਂ ਇਕੱਠੇ ਹਾਂ, ਪਰ ਜਦੋਂ ਪੰਜਾਬ ਦੇ ਇੱਕ ਕੇਂਦਰੀ ਮੰਤਰੀ ਹੁਣ ਉੱਥੇ MP ਸੁਖਵੀਰ ਸਿੰਘ ਬਾਦਲ ਵੀ ਜਿਹੜਾ ਮੁੱਦਾ ਚੱਕਦੇ ਨੇ ਪੰਜਾਬ ਦਾ, ਚੰਡੀਗੜ੍ਹ ਦਾ, ਪਰ ਸੰਸਦ ਦੇ ਵਿੱਚ ਸਾਨੂੰ ਬਜਟ ਦੇ ਬਾਰੇ ਕੋਈ ਮੁੱਦਾ ਨਹੀਂ ਚੱਕਿਆ ਜਾਂਦਾ, ਪੰਜਾਬ ਨੂੰ ਕੁੱਲ ਮਿਲਾ ਕੇ ਕੁਛ ਵੀ ਨਹੀਂ ਦਿੰਦੇ। ਇਸ ਕਰਕੇ ਮੋਦੀ ਦਾ ਬਸ ਇੱਕ ਖਾਨਾ ਪੂਰਤੀ ਹੈ, ਸੁਲਤਾਨਪੁਰ ਲੋਧੀ ਆ ਜਾਂਦੇ ਹਾਂ, ਕੁਛ ਵੀ ਨਹੀਂ ਸਾਨੂੰ ਤਾਂ ਮਿਲਦਾ। ਇਸ ਬਹੁਤ ਬਹੁਤ ਧੰਨਵਾਦ। ਅੱਛਾ ਤੁਹਾਡਾ ਕੀ ਨਾਮ ਹੈਗਾ? ਮੇਰਾ ਨਾਮ ਗਗਨਦੀਪ ਸਿੰਘ ਹੈ ਜੀ। ਅੱਛਾ ਗਗਨ, ਜਿਹੜੇ 550 ਪ੍ਰਕਾਸ਼ ਪੁਰਬ ਹੋ ਰਹੇ ਨੇ, ਸਿਆਸਤ ਕਿਉਂ ਹੋ ਰਹੀ? ਸਿਆਸਤ ਹੁਣ ਦੇਖੋ ਜੀ, ਅਗਲੇ ਇਲੈਕਸ਼ਨ ਆ ਰਹੇ ਨੇ 2022 ਵਿੱਚ ਆ ਰਹੇ ਨੇ, ਅਤੇ ਹਰੇਕ ਪਾਰਟੀ ਆਪਣੇ ਆਪ ਨੂੰ ਅੱਗੇ ਦਿਖਾਉਣ ਵਿੱਚ ਲੱਗੀ ਹੋਈ ਹੈ ਵੀ ਹਾਂ ਇਹ ਅਸੀਂ ਕਰਾ ਰਹੇ ਹਾਂ, ਅਸੀਂ ਕਰਾ ਰਹੇ ਹਾਂ। ਉਹਨਾਂ ਨੂੰ ਧਰਮ ਨੂੰ ਇੱਕ ਉਹਨਾਂ ਨੇ ਵੀ ਆਪਣੇ ਉਹਦੇ ਲਈ ਯੂਜ਼ ਕਰ ਰਹੇ ਨੇ, ਆਪਣੇ ਫਾਇਦੇ ਲਈ ਯੂਜ਼ ਕਰ ਰਹੇ ਨੇ ਵੀ ਹਰੇਕ ਪਾਰਟੀ ਆਪਣੇ ਆਪ ਨੂੰ ਅੱਗੇ ਦਿਖਾ ਕੇ ਉਹਨਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। ਉਹਨਾਂ ਨੇ ਹਰੇਕ ਧਰਮ ਵਿੱਚ ਆਪਣੇ ਆਪਣੇ ਜੱਥੇਦਾਰ ਛੱਡੇ ਹੋਏ ਨੇ, ਆਪਣੇ ਆਪਣੇ ਬੰਦੇ ਛੱਡੇ ਹੋਏ ਨੇ, ਜਿਹੜੇ ਵੀ ਹਾਂ ਆਪਾਂ ਉਸ ਪਾਰਟੀ ਨਾਲ ਜੋੜਦੇ ਨੇ ਲੋਕਾਂ ਨੂੰ ਵੀ ਹਾਂ ਵੀ ਇਹ ਪਾਰਟੀ ਸਾਡੀ ਹੈ, ਵੀ ਇਹਦੇ ਨਾਲ ਜੁੜੋ ਵੱਧ ਤੋਂ ਵੱਧ। ਇਹੀ ਕਾਰਨ ਹੈ ਵੀ ਹਾਂ ਉਹ ਆਪਣੇ ਇਲੈਕਸ਼ਨ ਵਾਲੀ ਫਾਇਦਾ ਚੱਕਣਾ ਚਾਹੁੰਦੇ ਨੇ। ਬਹੁਤ ਬਹੁਤ ਧੰਨਵਾਦ। ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ 550 ਪ੍ਰਕਾਸ਼ ਪੁਰਬ ਨੂੰ ਲੈ ਕੇ, ਸਵਾਲ ਹਰ ਇੱਕ ਧਿਰ ਦੇ ਵੱਲੋਂ ਇੱਕੋ ਉਠਾਇਆ ਗਿਆ, ਕਿਉਂਕਿ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਵੀ ਜਿੰਨੀਆਂ ਸਿੱਖ ਧਿਰਾਂ ਨੇ, ਸਾਰੀਆਂ ਕਹਿ ਰਹੀਆਂ ਨੇ ਕਿ ਸਮਾਗਮ ਸਾਂਝੇ ਹੋਣੇ ਚਾਹੀਦੇ ਨੇ। ਹਾਲਾਂਕਿ ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਕਜੁੱਟਤਾ ਦਾ ਸੰਦੇਸ਼ ਦਿੱਤਾ ਹੈ, ਸਾਂਝੀ ਗੱਲ ਕੀਤੀ ਹੈ, ਪਰ ਆਖਿਰ ਅੱਜ ਲੋੜ ਕਿਉਂ ਪਈ ਹੈ ਸਾਨੂੰ ਇਹ ਕਹਿਣ ਦੀ ਕਿ ਸਾਂਝੇ ਸਮਾਗਮ ਹੋਣੇ ਚਾਹੀਦੇ ਨੇ? ਕਿਉਂਕਿ ਪਹਿਲਾਂ ਤੋਂ ਹੀ ਸਿੱਖ ਕੌਮ ਇੱਕਜੁੱਟ ਹੈ, ਅਤੇ ਅੱਜ ਸਾਂਝੇ ਸਮਾਗਮਾਂ ਦੇ ਤਹਿਤ ਕੀ ਦੱਸਿਆ ਜਾ ਰਿਹਾ ਹੈ, ਅਤੇ ਨਾਲ ਦੀ ਨਾਲ ਇਹਨਾਂ ਸਮਾਗਮਾਂ ਦੇ ਉੱਤੇ ਸਿਆਸਤ ਕਿਉਂ ਹੋ ਰਹੀ ਹੈ, ਸਿਆਸਤ ਕੌਣ ਕਰ ਰਿਹਾ ਹੈ? ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ਼ ਹੋਣ ਦੇ ਵੀ ਦੋਸ਼ ਲੱਗ ਰਹੇ ਨੇ ਇੱਕ ਧਿਰ ਦੇ ਉੱਤੇ, ਅਤੇ ਦੂਜੀਆਂ ਧਿਰਾਂ ਇਸ ਨੂੰ ਲੈ ਕੇ ਫਾਇਦਾ ਚੁੱਕਣ ਦੀਆਂ ਕੋਸ਼ਿਸ਼ ਨੇ।
ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ 2022 ਦੀ ਇਲੈਕਸ਼ਨ ਦੀਆਂ ਤਿਆਰੀਆਂ ਇਹਨਾਂ ਸਮਾਗਮਾਂ ਤੋਂ ਖਿੱਚੀਆਂ ਜਾ ਰਹੀਆਂ ਨੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ। ਧੰਨਵਾਦ।